ਇੱਥੇ ਪਿਆ ਰਹਿਣਾ, ਕੋਈ ਕੰਮ ਵੀ ਪੂਰਾ ਕਰ ਲਿਆ ਕਰ। ਉਹ ਯਾਰ ਵੱਡੇ ਬਾਈ ਦੇ ਸਿਰ ਤੇ ਆਸ਼ਾ ਹੁੰਦੀ ਰਹੇ, ਮੈਨੂੰ ਕਰਨ ਦਾ ਆਸ਼ਾ। ਉਹ ਕੋਈ ਤਾਂ ਕੰਮ ਕਰ ਲਾ, ਸਾਰਾ ਕੁਝ ਮੈਂ ਹੀ ਕਰਨਾ। ਕੀ ਹੋਇਆ? ਗੁਆਂਢੀਆਂ ਦੇ ਬੁੜੀ ਮਰ ਗਈ, ਉਹ 4 ਵਜੇ ਸੰਸਕਾਰ ਤੇ ਜਾਣਾ, ਉੱਠ ਕੇ ਤਿਆਰ ਹੋ ਮਾੜਾ ਜਾ, ਮੈਂ ਤਾਂ ਫੈਕਟਰੀ ਚੱਲਿਆ ਹੁਣ। ਉਹ ਯਾਰ ਬੁੜੀ ਮਰੀ ਆ, ਬੁੜੀਆਂ ਜਾਣਗੇ, ਮੈਂ ਨਹੀਂ ਜਾਣਾ। ਨਾ ਅਸੀਂ ਕਿਹੜੇ ਪਾਸੇ ਬੁੜੀਆਂ ਲੱਗਦੀ ਤੈਨੂੰ? ਜਦੋਂ ਉਹਦਾ ਬੁੜਾ ਮਰੂਗਾ ਨਾ, ਉਦੋਂ ਮੈਂ ਚਲੇ ਜਾਊਂਗਾ, ਐਤਕੀ ਬੁੜੀ ਮਰੀ, ਤੁਸੀਂ ਜਾਓ। ਓਏ ਇਹ ਕੀ ਤਰੀਕਾ, ਨਾਲੇ ਐਵੇਂ ਹੁਣ ਨਵਾਂ ਸਿਆਪਾ ਨਾ ਖੜਾ ਕਰਦੀ ਗਵਾਂਢ ਮੱਥੇ, ਬੁੜਾ ਵੀ ਉਹਨਾਂ ਦਾ ਢਿੱਲਾ ਹੀ ਆ। ਆਵਾਜ਼ ਸੁਣ ਕੇ ਹੋਰ ਨਵਾਂ ਪੰਗਾ ਪਾ। ਜਾਓ ਯਾਰ ਤੁਸੀਂ ਸ਼ੱਕਰ ਭਰੇ ਖਾਓ। ਇਹ ਕੀ ਹਿਸਾਬ ਹੈ, ਉਧਰ ਮੈਂ ਐਡੇ ਅਫਸੋਸ ਵਾਲੀ ਖਬਰ ਲੈ ਕੇ ਆਇਆ, ਉਹ ਮੈਂ ਨਹੀਂ ਖਾਣਾ। ਇਹ ਕਿੱਥੋਂ ਆ ਗਿਆ ਭਾਜੀ, ਕਿੱਥੋਂ ਆ ਗਈ? ਵਿਆਹ ਗੁਆਂਢੀਆਂ ਦੇ ਵਿਆਹ ਦੇ ਨਹੀਂ ਜਾਣਾ ਹੈਗਾ। ਵਿਆਹ ਤਾਂ ਅਜੇ 4 ਦਿਨ ਪਏ ਆ। ਆਹੋ ਅਸੀਂ ਤਾਂ ਸੂਟਾਂ ਦੀਆਂ ਗੱਲਾਂ ਕਰਦੀਆਂ ਸੀ ਵੀ ਕਿਹੜਾ ਸੂਟ ਪਾ ਕੇ ਜਾਣਾ। ਤੁਸੀਂ ਐਂ ਕਰੋ, ਜੇ ਇਹ ਨਹੀਂ ਮੰਨਦਾ ਹੈਗਾ ਤੇ ਤੁਸੀਂ ਜਾ ਕੇ 4 ਵਜੇ ਸੰਸਕਾਰ ਤੇ ਜਾਇਆ ਹੋ। ਵੀਰ ਜੀ ਅਸੀਂ ਤਾਂ ਸੂਟ ਖਰੀਦਣ ਜਾਣਾ, ਵਿਆਹ ਤੇ ਨਹੀਂ ਪਾਉਣੇ ਹੈਗੇ। ਉਹ ਤੇ ਅੱਜ ਇਦਾਂ ਦੇ ਸੂਟਾਂ 'ਚ ਜਾਇਆ ਹੋ। ਅੱਜ ਅਸੀਂ ਤਾਂ ਵੈਸੇ ਤਿਆਰ ਹੋਏ, ਮੇਕਅਪ ਆਇਆ ਹੋਇਆ, ਅਸੀਂ ਬਾਜ਼ਾਰ ਜਾਣ ਨੂੰ ਤਿਆਰ ਬੈਠੇ ਆ। ਯਾਰ ਤੁਹਾਡਾ ਉੱਥੇ ਮੇਕਅਪ ਚਾਹੁੰਦਾ, ਤੁਸੀਂ ਜਾਇਓ। ਤੂੰ ਅਮਰ ਜਾਇਆ ਤਾਂ ਤੂੰ ਜਾਇਦਾ ਨਹੀਂ ਕੁਛ ਲਾਉਣਾ ਪਾਉਣਾ, ਤੂੰ ਤਾਂ ਇੱਕ ਨਹੀਂ ਜਾ ਕੇ 10 ਮਿੰਟਾਂ 'ਚ ਮੁੜ ਆਏਗਾ। ਹਾਂ ਨਾਲੇ ਹੋ ਜਾਊਗਾ ਵੀ ਉਹਨਾਂ ਦੇ ਘਰਾਂ 'ਚੋਂ ਕੋਈ ਇੱਕ ਜਣਾ ਆ ਗਿਆ। ਠੀਕ ਆ, ਮੈਂ ਜਾ ਜਾਂਦਾ, ਮੈਂ ਸੰਸਕਾਰ ਤੇ ਚਲਾ ਜਾਂਦਾ, ਪਰ ਫਿਰ ਵਿਆਹ ਤੇ ਵੀ ਮੈਂ ਹੀ ਜਾਊਂਗਾ। ਗੱਲ ਤਾਂ ਇਹਨੇ ਅਸੂਲ ਵਾਲੀ ਕੀਤੀ ਹੈ, ਹੁਣ ਜੇ ਸੰਸਕਾਰ ਤੇ ਜਾਊ, ਵਿਆਹ ਤੇ ਜਾਣ ਦਾ ਵੀ ਤਾਂ ਹੱਕ ਦਾ ਰਹੇ ਆ। ਆਹ ਤੁਹਾਡੇ ਕਿਹੜਾ ਹੱਥ ਤੋਂ ਮੈਂ ਨਹੀਂ ਲੈਣੀ ਹੈ ਵੀ 2 ਮਿੰਟ ਜਾਇਆ ਉੱਥੇ, ਕੀ ਕਸਣਾ ਤੁਹਾਡਾ? ਵੀਰ ਜੀ ਅਸੀਂ ਮੇਕਅਪ ਕੀਤਾ ਹੋਇਆ, ਬੁੜੀ ਮਰੀ ਹੈ ਅਗਲੇ ਦੀ, ਰੋਣਾ ਪੈਣਾ। ਉਹ ਰੋਣਾ ਭਲਾ ਕੀ ਔਖਾ, ਰੋਣਾ ਨਹੀਂ ਆਉਂਦਾ ਤੁਹਾਨੂੰ? ਨਹੀਂ ਆਉਂਦਾ ਹੈਗਾ ਉਹ ਰੋਣਾ ਆਪਣਾ ਦੇ ਹੱਲ। ਰੋਣਾ ਕਿਹਦੇ ਨੇ, ਮੇਕਅਪ ਹੀ ਖਰਾਬ ਹੋ ਜਾਣਾ। ਉਹ ਬਾਕੀ ਵੀ ਤਾਂ ਇਦਾਂ ਹੀ ਕਰਦੇ ਹੁੰਦੀਆਂ, ਬੰਦਾ ਜੇ ਘਰ ਚੋਂ ਉਹਦਾ ਹੀ ਦੁੱਖ ਹੁੰਦਾ, ਬਾਕੀ ਤਾਂ ਭਾਈ ਤਮਾਸ਼ੇ ਵਾਲੀ ਗੱਲ ਹੁੰਦੀ ਆ। ਤੁਸੀਂ ਕੀ ਕਰਨਾ, ਰੋਣਾ ਨਹੀਂ ਨਾ ਆਉਂਦਾ, ਉਹ ਰੋਣਾ ਵਰਗਾ ਮੂੰਹ ਤਾਂ ਬਣਾ ਹੀ ਸਕਦੇ ਹੋ, ਆ ਚੁੰਨੀ ਮੂਹਰੇ ਕਰ ਲਈ ਬਸ ਐਂ ਕਰ। ਬੇਖਬਰ ਮੈਂ ਨਾ ਤੇਰੀ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ। ਕੀ ਹੋਇਆ ਬਾਈ? ਚਾਹੇ ਦੇਖ ਗੁਆਂਢੀਆਂ ਦਾ ਬੁੜਾ ਮਰਿਆ ਚਾਹੇ ਬੁੜੀ ਮਰੀ, ਆਪਾਂ ਕਿਹੜਾ ਰਹਿਣਾ? ਜੇ ਆਪਾਂ ਉੱਥੇ ਜਾ ਕੇ ਉਹਨਾਂ ਦਾ ਦੁੱਖ ਹੀ ਨਹੀਂ ਵੰਡਾ ਸਕਦੇ, ਕੱਲ ਨੂੰ ਫਿਰ ਆਪਣੇ ਖੁਸ਼ੀਆਂ ਗਮੀਆਂ 'ਚ ਕੌਣ ਸ਼ਾਮਿਲ ਹੋਊਗਾ? ਮੈਂ ਤਾਂ ਮਜਬੂਰ ਹਾਂ, ਨਹੀਂ ਤਾਂ ਮੈਂ ਹੁਣੇ ਚਲਿਆ ਜਾਂਦਾ। ਜਾਂ ਫਿਰ ਐਂ ਕਰ, ਤੂੰ ਫੈਕਟਰੀ ਜਾ ਕੇ ਸਾਹਿਬ, ਮੈਂ ਉੱਧਰ ਚਲਿਆ ਜਾਂਦਾ। ਇਹ ਫੈਸਲਾ ਹੁਣ ਤੂੰ ਆਪ ਕਰਨਾ, ਦੂਜੇ ਦੇ ਦੁੱਖ ਨੂੰ ਵੀ ਆਪ ਦਾ ਦੁੱਖ ਸਮਝੋ ਤਾਂ ਗੁਜ਼ਾਰਾ ਹੁੰਦਾ। ਅੱਜ ਕੱਲ੍ਹ ਜਿਹੜੀ ਮੁੱਖ ਲੋੜ ਹੈ, ਹੁਣ ਤੂੰ ਦੱਸ, ਤੂੰ ਜਾਣਾ ਭਾਈ ਤੁਸੀਂ ਜਾਣਾ? ਇਹ ਨਾ ਟੁੱਟ ਪੈਣੇ ਨੇ ਨਾ, ਆਪਾਂ ਨੂੰ ਵਿਆਹ ਤੇ ਲੈ ਕੇ ਨਹੀਂ ਜਾਣਾ, ਆਪਾਂ ਨੂੰ ਹੀ ਜਾਣਾ ਪੈਣਾ ਦੀਦੀ। ਨਹੀਂ ਗੱਲ, ਆਪਾਂ ਹੀ ਜਾ ਆਉਂਦੇ ਹਾਂ, ਹੁਣ ਮੇਕਅਪ ਸਾਰਾ ਫੇਰ ਲਾਉਣਾ ਪੈਣਾ, ਕੱਪੜੇ ਫੇਰ ਲਾਈਟ ਪਾਉਣੇ ਪੈਣੇ ਆ।